ਸ਼ਸ਼ੀਕਲ ਜੀ ਮੇਰਾ ਨਾਮ ਗੁਰਤੇਨ ਸਿੰਘ ਰਾਈਟ ਲਿੰਕਸ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਿਡ ਪਟਿਆਲਾ ਤੋਂ ਜੇਕਰ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਤਾਂ ਕਿ ਜੋ ਸਟੂਡੈਂਟਸ ਦੀ ਲੇਟੈਸਟ ਵੀਡੀਓ ਨੂੰ ਤੁਸੀਂ ਦੇਖ ਸਕੋ ਤੇ ਨਾਲ ਦੀ ਨਾਲ ਸਾਡੇ Facebook ਤੇ Instagram ਦੇ ਪੇਜ ਨੂੰ ਵੀ ਲਾਈਕ ਕਰ ਸਕਦੇ ਹੋ ਅੱਜ ਆਪਾਂ ਗੱਲ ਕਰਾਂਗੇ ਇੱਕ ਉਹ ਸਟੂਡੈਂਟਸ ਦੀ ਪ੍ਰੋਫਾਈਲ ਨੂੰ ਲੈ ਕੇ ਜਿਸ ਕੈਟਾਗਰੀ ਦੇ ਵਿੱਚ ਇਹਨਾਂ ਦਾ ਵੀਜ਼ਾ ਅਪਰੂਵ ਹੋਇਆ ਤਾਂ ਹਰ ਇੱਕ ਬੱਚੇ ਨੂੰ ਇੱਕ ਉਮੀਦ ਹੋਪ ਹੁੰਦੀ ਆ ਕਿ ਮੇਰਾ ਵੀ ਇੰਨੀ ਜਲਦੀ ਹੀ ਵੀਜ਼ਾ ਅਪਰੂਵ ਹੋਵੇ ਤੇ ਚਿੰਤਰਾanshi ਸ਼ਰਮਾ ਦਾ ਕੈਨੇਡਾ ਦਾ ਓਪਨ ਵਰਕ ਪਰਮਿਟ ਅਪਰੂਵ ਹੋਇਆ ਤੇ ਵੀ ਦੇਨ ਜੇ ਆਪਾਂ ਗੱਲ ਕਰੀਏ 40 ਤੋਂ 45 ਦਿਨਾਂ ਦੇ ਵਿੱਚ ਪਰ ਕੁਝ ਕਹਿੰਦੇ ਨਹੀਂ ਸਟੂਡੈਂਟਸ ਦੇ ਕੁਝ ਡਾਊਟ ਹੁੰਦੇ ਨੇ ਜਾਂ ਇਨਕੁਆਰੀਜ਼ ਹੁੰਦੀਆਂ ਨੇ ਬੇ ਕਿ ਡਿਸੀਜਨ 네ਗੇਟਿਵ ਨੇ ਉਹ ਭਾਵੇਂ ਸਟੱਡੀ ਵੀਜ਼ਨ ਨੂੰ ਲੈ ਕੇ ਨੇ ਜਾਂ ਫਿਰ ਓਪਨ ਵਰਕਰ ਪਰਮਿਟ ਨੂੰ ਲੈ ਕੇ ਨੇ ਪਰ ਰਾਈਟ ਲਿੰਕਸ ਦੀ ਇਮੀਗ੍ਰੇਸ਼ਨ ਦੀ ਟੀਮ ਵੱਲੋਂ ਇੱਕ ਕਹ ਲੋ ਮਿਹਨਤ ਜਾਂ ਸਟਰਗਲ ਦੇ ਨਾਲ ਆਲਮੋਸਟ ਹੁਣ ਲਾਸਟ ਮੰਥ ਦੀ ਜੇਪਾ ਗੱਲ ਕਰੀਏ 10 ਤੋਂ 15 ਵੀਜ਼ੇ ਅਪਰੂਵ ਹੋਏ ਨੇ ਓਪਨ ਵਰਕ ਪਰਮਿਟ ਦੇ ਉਸ ਕੈਟਾਗਰੀ ਦੇ ਵਿੱਚ ਚਿਤ੍ਰਾਂਸੀ ਵੀ ਨੇ ਤੇ ਚਿਤ੍ਰਾਂਸੀ ਸ਼ਰਮਾ ਦੱਸਣ ਗਿਆ ਆਪਣੀ ਪ੍ਰੋਫਾਈਲ ਬਾਰੇ ਤੇ ਆਪਣੇ ਵਰਕ ਐਕਸਪੀਰੀਅੰਸ ਬਾਰੇ ਇਹਨਾਂ ਦਾ ਜੋ ਰਾਈਟ ਲਿੰਕਸ ਦੇ ਨਾਲ ਹੈ ਜੀ ਮੈਂ ਸਸ਼ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਚਿਤ੍ਰਾਂਸੀ ਸ਼ਰਮਾ ਹੈ ਮੈਂ ਪਟਿਆਲਾ ਦੀ ਨਿਵਾਸੀ ਹਾਂ ਤੇ ਮੈਂ ਰਾਈਟ ਲਿੰਕ ਇਮੀਗ੍ਰੇਸ਼ਨ ਨੂੰ ਬਹੁਤ-ਬਹੁਤ ਸ਼ੁਕਰੀਆ ਕਹਿਣਾ ਚਾਹੁੰਦੀ ਹਾਂ ਕਿਉਂਕਿ ਅੱਜ ਉਹਨਾਂ ਦੀ ਮਿਹਨਤ ਕਾਰਨ ਮੇਰਾ ਪਾਸਪੋਰਟ ਕੈਨੇਡਾ ਤੋਂ ਸਟੈਂਪ ਹੋ ਕੇ ਆ ਚੁੱਕਿਆ ਹੈ ਜੀ ਬਹੁਤ-ਬਹੁਤ ਮੁਬਾਰਕਾਂ ਮੈਮ ਤੁਹਾਨੂੰ ਤੁਹਾਡੇ ਕੈਨੇਡਾ ਦੇ ਓਪਨ ਵਰਕ ਪਰਮਿਟ ਤੇ ਤੇ ਆਪਾਂ ਹੁਣ ਜੇ ਗੱਲ ਕਰੀਏ ਮੈਮ ਤੁਹਾਡੇ ਹਸਬੰਦ ਦੀ ਪ੍ਰੋਫਾਈਲ ਲੇਖੀ ਸਭ ਤੋਂ ਪਹਿਲਾਂ ਉੱਥੋਂ ਸ਼ੁਰੂ ਕਰ ਲઈએ ਆਪਾਂ ਉਹਨਾਂ ਦੀ ਕੀ ਪ੍ਰੋਫਾਈਲ ਸੀਗੀ ਕੀ ਸਟੱਡੀ ਸੀਗੀ ਤੇ ਕਿੰਨਾ ਗੈਪ ਸੀਗਾ ਸਭ ਤੋਂ ਪਹਿਲਾਂ এডੂਕੇਸ਼ਨ ਤੇ ਉਹਨਾਂ ਦੀ ਕੀ ਲਾਸਟ এডੂਕੇਸ਼ਨ ਸੀ ਸਰ ਉਹਨਾਂ ਦੀ এডੂਕੇਸ਼ਨ ਬੀਏ ਐਲਐਲਬੀ ਸੀਗੀ ਜੋ ਉਹਨਾਂ ਨੇ ਪਾਸ ਆਊਟ ਕੀਤੀ ਸੀ 2012 ਦੇ ਵਿੱਚ 2012 ਦੇ ਵਿੱਚ ਹਾਂਜੀ ਤੇ ਉਸ ਤੋਂ ਪਹਿਲਾਂ ਉਹਨਾਂ ਦੀ ਏਜ ਕੀ ਸੀ ਸਰ ਉਹਨਾਂ ਦੀ ਏਜ ਸੀਗੀ 33 ਜਦ ਉਹਨਾਂ ਨੇ ਵੀਜ਼ਾ ਵਾਸਤੇ ਜਦ ਉਹਨਾਂ ਨੇ ਫਾਈਲ ਲਗਾਈ ਹੈ ਆਪਣੀ ਜੀ ਦੀ ਸਟੱਡੀ ਤੋਂ ਸੀ ਕਹਿ ਰਹੇ ਉਹਨਾਂ ਦੀ 2012 ਦੇ ਸੀਗੀ ਬੀ ਐਲ ਐਲ ਵੀ ਹਾਂਜੀ ਤੇ ਮੈਨੂੰ ਇਹ ਦੱਸੋ ਵੀ ਬੀ ਐਲ ਐਲ ਵੀ ਤੋਂ ਬਾਅਦ ਤੁਹਾਡਾ ਕਿਵੇਂ ਪਲਾਨ ਬਣਿਆ ਵੀ ਆਪਾਂ ਸਟੱਡੀ ਵੀਜ਼ਾ ਹੀ ਲਈ ਅਪਲਾਈ ਕਰੀਏ ਸਰ ਐਕਚੁਅਲੀ ਅਸੀਂ ਪਹਿਲਾਂ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਪੀਆਰ ਵਾਸਤੇ ਅਪਲਾਈ ਕਰੀਏ ਬਟ ਬਹੁਤ ਸਾਰੇ ਫੈਮਿਲੀ ਸਰਕਮਸਟੈਂਸਸ ਕਾਰਨ ਔਰ ਸਾਨੂੰ ਪ੍ਰੋਪਰ ਨੋਲੇਜ ਹੋਣ ਨਾ ਹੋਣ ਕਾਰਨ ਅਸੀਂ ਇਹ ਚੀਜ਼ ਅੱਗੇ ਵਧਾ ਨਹੀਂ ਪਾ ਰਹੇ ਸੀ ਫਿਰ ਸਾਨੂੰ ਰਾਈਟ ਲਿੰਗ ਇਮੀਗ੍ਰੇਸ਼ਨ ਬਾਰੇ ਪਤਾ ਚੱਲਿਆ ਥਰੂ ਰੋਹਨ ਦੇ ਕਿਸੇ ਫਰੈਂਡ ਦੇ ਉਹਨਾਂ ਦਾ ਵੀ ਏਜ ਗੈਪ ਬਹੁਤ ਜ਼ਿਆਦਾ ਸੀ ਪਰ ਉਹਨਾਂ ਦੇ ਜ਼ਿਆਦਾ ਏਜ ਗੈਪ ਦੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਸਟੱਡੀ ਵੀਜ਼ਾ ਰਾਈਟ ਲਿੰਗ ਇਮੀਗ੍ਰੇਸ਼ਨ ਦੀ ਹੈਲਪ ਨਾਲ ਅਪਰੂਵ ਹੋ ਕੇ ਮਿਲਿਆ ਇਸੀ ਲਈ ਫਿਰ ਰੋਹਨ ਨੇ ਵੀ ਤੁਹਾਨੂੰ ਅਪਰੋਚ ਕੀਤਾ ਤੇ ਤੁਹਾਡੀ ਹੈਲਪ ਕਰਨ ਉਹ ਵੀ 1 ਇਅਰ ਕੋਰਸ ਵਾਸਤੇ ਉੱਥੇ ਚਲੇ ਗਏ ਤੇ ਇੱਕ ਚੀਜ਼ ਹੋਰ ਮੈਮ ਜੇ ਆਪਾਂ ਗੱਲ ਕਰੀ ਹੁਣ ਜਿਵੇਂ ਬੀਐਲਐਲ ਵੀ ਕੀਤੀ ਆ ਮੈਕਸਿਮਮ ਬੱਚਿਆਂ ਦੇ ਕੁਐਸਚਨ ਹੁੰਦੇ ਨੇ ਕਿ ਪੀਐਲਐਲ ਵੀ ਦੀ ਵੀ ਅਸੀਂ ਇੰਡੀਆ ਸਟੱਡੀ ਕੀਤੀ ਆ ਕਿ ਉਸ ਬਿਹਾਵ ਤੇ ਕੀ ਅਸੀਂ ਕੈਨੇਡਾ ਚ ਵੀ ਪੜ੍ਹ ਸਕਦੇ ਹਾਂ ਸਰ ਇਹ ਬੇਸਿਕਲੀ ਇਹ ਚੀਜ਼ਾਂ ਵਾਸਤੇ ਦਾ ਰਾਈਟ ਲਿੰਕ ਇਮੀਗ੍ਰੇਸ਼ਨ ਤੁਹਾਨੂੰ ਪ੍ਰੋਪਰਲੀ ਹੈਲਪ ਕਰ ਸਕਦੀ ਹੈ ਕਿਉਂਕਿ ਉਹਨਾਂ ਨੂੰ ਉੱਥੇ ਦੇ ਕ੍ਰਾਈਟਰੀਆਸ ਪ੍ਰੋਪਰਲੀ ਪਤਾ ਨੇ ਉਹ ਤੁਹਾਨੂੰ ਆਪਣੇ ਆਪ ਦੱਸਦੇ ਨੇ ਕਿ ਤੁਹਾਡੇ ਵਾਸਤੇ ਕਿਹੜੇ ਸਬਜੈਕਟਸ ਜ਼ਿਆਦਾ ਬੈਨੀਫੀਸ਼ੀਅਲ ਰਹਿਣਗੇ ਤਾਂ ਕਿ ਅਗਰ ਤੁਸੀਂ ਵਾਪਿਸ ਵੀ ਆਉਂਦੇ ਹੋ ਜਾਂ ਉੱਥੇ ਹੀ ਰਹਿਣ ਬਾਰੇ ਸੋਚਦੇ ਹੋ ਤੁਸੀਂ ਈਜ਼ੀਲੀ ਉੱਥੇ ਦੀਆਂ ਸਰਕਮਸਟੈਂਸਿਸ ਨੂੰ ਹੈਂਡਲ ਕਰ ਸਕੋ ਜੀ ਯਾਨੀ ਕਿ ਆਪਾਂ ਇਹ ਚੀਜ਼ ਕਹਿ ਸਕਦੇ ਹਾਂ ਵੀ ਅਗਰ ਆਪਾਂ ਆਪਣਾ ਫਿਊਚਰ ਬਣਾਉਣਾ ਇਹ ਆਪਾਂ ਪਲਾਨ ਕਰ ਰਹੇ ਹਾਂ ਕਿਸੇ ਕੰਟਰੀ 'ਚ ਸੈੱਟ ਹੋਣ ਲਈ ਜਾਨੀ ਕਿ ਇੱਕ ਵਧੀਆ ਕੰਸਲਟੈਂਟ ਹੋਣਾ ਜ਼ਰੂਰੀ ਹੈ ਬਿਲਕੁਲ ਸਰ ਅਗਰ ਤੁਹਾਡੇ ਕੋਲ ਕਸ਼ਤੀ ਹੀ ਨਹੀਂ ਹੋਗੀ ਤੁਸੀਂ ਸਵਾਰ ਕਿਸ ਤੇ ਹੋਵੋਗੇ ਜੀ ਤੇ ਜੇ ਆਪਾਂ ਗੱਲ ਕਰੀਏ ਮੈਂ ਉਹਨਾਂ ਦੇ ਵਰਕ ਐਕਸਪੀਰੀਅੰਸ ਲੈ ਕੇ ਜਾਨੀ ਕਿ 12 ਦੀ ਸਟੱਡੀ ਤੋਂ ਬਾਅਦ ਉਹ ਐਜ਼ ਅ ਕੀ ਵਰਕ ਸੀ ਕੈਂਡੀਅਟ ਸਰ ਫਰਸਟਲੀ ਹੀ ਵਾਸ ਵਰਕਿੰਗ ਇਨ ਅ ਸੁਪਰੀਮ ਕੋਰਟ ਉਦੋਂ ਉਹ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ 2 ਸਾਲ ਕੰਮ ਕੀਤਾ ਉਹ ਤੋਂ ਬਾਅਦ ਉਹ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਐਜ਼ ਅ ਕ੍ਰਿਮੀਨਲ ਲਾਇਰ ਕੰਮ ਕਰ ਰਹੇ ਸੀ ਜੀ ਆਪਨੇ ਫਰੈਂਡਸ ਦੀ ਅਪਰੋਚ ਕਰਨ ਹੀ ਉਹਨਾਂ ਦੀ ਡਿਸਕਸ਼ਨਸ ਕਰਨ ਹੀ ਉਹਨਾਂ ਨੂੰ ਤੁਹਾਡੇ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਤੁਹਾਨੂੰ ਅਪਰੋਚ ਕੀਤਾ ਤੇ ਮੈਂ ਮਹੀ ਉਹ ਕਿਹੜੇ ਇਨਟੇਕ ਲਈ ਕੈਨੇਡਾ ਗਏ ਸੀ ਜੀ ਸਰ ਬੇਸਿਕਲੀ ਉਹਨਾਂ ਦਾ ਸੈਪਟੈਂਬਰ ਇਨਟੇਕ ਸੀਗਾ ਬਟ ਉਹ ਗਏ ਨੇ ਮਈ ਦੇ ਵਿੱਚ ਓਕੇ ਹਾਂਜੀ ਯਾਨੀ ਕਿ ਜੋ ਇੱਕ ਕੈਨੇਡਾ ਦਾ ਪ੍ਰੋਸੈਸ ਹੈ ਵੀ ਆਪਾਂ ਜੀ ਦਿਨ ਪਹਿਲਾਂ ਜਾਂਦੇ ਜੀ ਬਿਲਕੁਲ ਸਰ ਜੀ ਤੇ ਕੈਨੇਡਾ ਦੇ ਵਿੱਚ ਉਹ ਕਿਹੜੀ ਪ੍ਰੋਵਿੰਸ ਚ ਗਏ ਨੇ ਸਰ ਬੇਸਿਕਲੀ ਸਰ ਉਹ 1 ਇਅਰ ਦੀ ਸਟੱਡੀ 베ਸ ਤੇ ਗਏ ਨੇ ਵਿਨੀਪੈਗ ਵਿਨੀਪੈਗ ਹਾਂਜੀ ਯੂਨੀਵਰਸਿਟੀ ਪਬਲਿਕ ਸੀ ਇਹ ਪ੍ਰਾਈਵੇਟ ਉਹ ਸਰ ਬੇਸਿਕਲੀ ਹੀ ਸਟੱਡੀਂਗ ਇਨ ਯੂਨੀਵਰਸਿਟੀ ਆਫ ਮੈਨਟੋਵਾ ਪਬਲਿਕ ਯੂਨੀਵਰਸਿਟੀ ਤੇ ਉਹ ਸੀਗਾ ਉਹਨਾਂ ਦਾ ਇੱਕ ਪ੍ਰੋਸੈਸ ਦੈਨ ਫਿਰ ਤੁਸੀਂ ਪਲਾਨ ਕੀਤਾ ਵੀ ਹੁਣ ਆਪਾਂ ਵਰਕ ਪਰਮਿਟ ਦੀ ਫਾਈਲ ਨੂੰ ਵੀ ਪਰਸੀਡ ਕਰਾਈਏ ਸਰ ਇਹ ਵੀ ਮੈਂ ਪਲਾਨ ਨਹੀਂ ਕੀਤਾ ਇਹ ਵੀ ਮੈਨੂੰ ਦੱਸਿਆ ਗਿਆ ਕਿ ਮੈਂ ਵਰਕ ਪਰਮਿਟ ਦੀ ਫਾਈਲ ਵਾਸਤੇ ਅਪਰੋਚ ਕਰ ਸਕਦੀ ਹਾਂ ਤੁਹਾਡੇ ਬਾਰੇ ਤੁਹਾਡੇ ਤੋਂ ਹੀ ਜੀ ਤੇ ਤੁਹਾਨੂੰ ਲੱਗਿਆ ਸੀਗਾ ਵੀ ਹੁਣ ਜੇ ਆਪਾਂ ਕਰੀਏ ਹੁਣ ਤੁਹਾਡੀ ਫਾਈਲ ਲੈ ਕੇ ਵੀ ਤੁਹਾਡਾ ਇਨੀ ਜਲਦੀ ਓਪਨ ਵਰਕ ਪਰਮਿਟ ਅਪਰੂਵ ਹੋ ਜਾਊਗਾ ਨਹੀਂ ਸਿਰ ਅਗਰ ਮੈਂ ਬਿਲਕੁਲ ਫ੍ਰੈਂਕਲੀ ਬੋਲਾਂ ਤਾਂ ਮੈਂ ਨਹੀਂ ਕੌਨਫੀਡੈਂਟ ਸੀਗੀ ਬਟ ਜਿੰਨੀ ਵਾਰ ਵੀ ਮੈਂ ਉਰੇ ਵਿਜ਼ਿਟ ਕੀਤਾ ਉਰੇ ਦੇ ਮੈਂਬਰਸ ਜਿੰਨੇ ਵੀ ਹੈਗੇ ਆ ਉਹਨਾਂ ਨੇ ਮੈਨੂੰ ਬਹੁਤ ਅੱਛੀ ਤਰ੍ਹਾਂ ਅਪਰੋਚ ਕੀਤਾ ਬਹੁਤ ਅੱਛੀ ਤਰ੍ਹਾਂ ਉਹਨਾਂ ਨੇ ਮੈਨੂੰ ਚੀਜ਼ਾਂ ਸਮਝਾਈਆਂ ਤੇ ਮੇਰੇ ਲਈ ਇਹ ਚੀਜ਼ ਈਜ਼ੀ ਹੋ ਗਈ ਜੀ ਤੇ ਮੈਮ ਜੇ ਆਪਾਂ ਹੁਣ ਤੁਹਾਡੀ ਪ੍ਰੋਫਾਈਲ ਤੇ ਆਈਏ ਇਹ ਤਾਂ ਸੀਗੀ ਰੋਹਨ ਸ਼ਰਮਾ ਦੀ ਬਈ ਉਹ ਉਹਨਾਂ ਦੀ ਏ ਐਜੂਕੇਸ਼ਨ ਸੀਗੀ ਫਾਈਨਲੀ 1 ਇਅਰ ਦੇ ਪ੍ਰੋਗਰਾਮ ਲਈ ਗਏ ਤੇ ਕਿੰਨੇ ਟਾਈਮ ਚ ਉਹਨਾਂ ਦਾ ਵੀਜ਼ਾ ਪ੍ਰੂਵ ਹੋਇਆ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੇ ਓਪਨ ਵਰਕ ਪਰਮਿਟ ਦੀ ਫਾਈਲ ਲਈ ਕਿ ਜੇ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਸੋਰੀ ਏਜ ਤੁਹਾਡੀ ਏਜ ਕੀ ਸਰ ਮੇਰੀ ਏਜ 34 ইয়ার্স ਹੈ 34 ਜਾਣੀ ਤੁਸੀਂ ਨਾ ਤੋਂ ਮੈਂ 1 ਸਾਲ ਬড়ਿਆਂ ਹਾਂ ਤਾਂ ਓਕੇ ਤੇ ਤੁਹਾਡੀ ਲਾਸਟ এডুকেশন ਮੈਂ ਸਰ ਮੇਰੀ ਲਾਸਟ এডুকেশন ਹੈ ਮਾਸਟਰਸ ਇਨ ਫਾਰਮਾਸਿਟੀਕਲ কেমিস্টਰੀ which i cleared about 2012 ਦੇ ਵਿੱਚ ਮੇਰੀ ਕੰਪਲੀਟ ਹੋ ਗਈ 12 ਦੇ ਵਿੱਚ ਯਾਨੀ 2012 ਨੂੰ ਤੁਸੀਂ ਆਪਣੀ ਮਾਸਟਰ ਕੀਤੀ ਹਾਂਜੀ ਸਰ ਤੇ ਮੈਂ 12 ਤੋਂ ਬਾਅਦ ਹੁਣ ਤੱਕ ਦਾ ਹਾਂ ਸਰ 12 ਤੋਂ ਬਾਅਦ ਤਿਲ ਨਾ ਮੈਂ ਮਤਲਬ এডুকেਸ਼ਨ ਫੀਲਡ ਦੇ ਵਿੱਚ ਹੀ ਰਹੀ ਹਾਂ ਐਸ ਅ ਟੀਚਰ ਪਹਿਲਾਂ ਮੈਂ ਮੋਦੀ ਕਾਲਜ ਦੇ ਵਿੱਚ ਟੀਚ ਕੀਤਾ 7 ਇਅਰਸ ਐਕਸਪੀਰੀਅנס ਓਕੇ ਆਫਟਰਵਰਡਸ ਮੈਂ ਹੁਣ ਇੱਕ ਸਕੂਲ ਦੇ ਵਿੱਚ ਟੀਚ ਕਰ ਰਹੀ ਹਾਂ ਡਫੋਡਲ ਪਬਲਿਕ ਸਕੂਲ ਐਸ ਅ ਸਾਇੰਸ ਟੀਚਰ ਸਾਇੰਸ ਟੀਚਰ ਜਾਨੀ ਕਿ ਜੇ ਆਪਾਂ ਗਏ ਵੀ ਤੁਹਾਡਾ ਐਕਸਪੀਰੀਅנס ਵੀ 12 ਤੋਂ ਬਾਅਦ ਐਸ ਅ ਟੀਚਰ ਹੀ ਹੈ ਹਾਂਜੀ ਸਰ ਬਿਲਕੁਲ ਤੇ ਹੁਣ ਆਪਾਂ ਗੱਲ ਕਰਾਂਗੇ ਸਬਮਿਸ਼ਨ ਨੂੰ ਲੈ ਕੇ ਮੈਮ ਹਾਂਜੀ ਤੇ ਜਦੋਂ ਤੁਹਾਡੇ ਸਾਰੇ ਡਾਕੂਮੈਂਟ ਕੰਪਲੀਟ ਹੋਏ ਤੇ ਆਈ थिंक ਤੁਹਾਨੂੰ ਸਟੈਪ ਬਾਏ ਸਟੈਪ ਦੱਸਿਆ ਵੀ ਗਿਆ ਹੋਣਾ ਕਿ ਫਾਈਨੈਂਸ਼ਲੀ ਫੰਡ ਚਾਹੀਦੇ ਨੇ ਕਿ ਲੈਣੇ ਚਾਹੀਦੇ ਨੇ ਤੇ ਮੈਕਸਿਮਮ ਬੱਚਿਆਂ ਦੇ ਇਹੀ ਡਾਊਟ ਹੁੰਦੇ ਨੇ ਹਾਂਜੀ ਸਰ ਤੇ ਜੇ ਆਪਾਂ ਗੱਲ ਕਰੀ ਫੰਡਸ ਨੂੰ ਲੈ ਕੇ ਮੈਂ ਤੁਹਾਡੇ ਤਾਂ ਤੁਸੀਂ ਕਿੰਨਾ ਫੰਡ ਸ਼ੋ ਕੀਤਾ ਸੀਗਾ ਤੁਹਾਡੀ ਫਾਈਲ ਦੇ ਵਿੱਚ ਅ ਸਰ ਆਈ थिंक 60 ਦੇ ਅਰਾਊਂਡ ਸ਼ੋ ਕੀਤਾ ਗਿਆ ਮੇਰੀ ਫਾਈਲ ਦੇ ਵਿੱਚ ਫੰਡ ਉਸ ਦੇ ਵਾਸਤੇ ਵੀ ਉਹਨਾਂ ਨੇ ਤੁਹਾਡੇ ਜਿਹੜੇ ਅੰਦਰ ਅਸਿਸਟੈਂਟਸ ਹਨ ਉਹਨਾਂ ਨੇ ਸਾਨੂੰ ਪ੍ਰੋਪਰਲੀ ਦੱਸਿਆ ਵੀ ਕਿੱਥੇ ਕਿੱਥੇ ਕਿੰਨਾ ਕਿੰਨੇ ਸ਼ੋ ਕਰਨੇ ਹੈ ਜੀ ਜਾਨੀ ਕਿ ਜੇ ਤੁਸੀਂ ਮੰਨਦੇ ਹੋ ਕਿ ਅਗਰ ਆਪਾਂ ਵੀਜ਼ਾ ਦੇ ਹਾਈएस्ट ਚਾਂਸ ਬਣਾਉਣੇ ਨੇ ਇੱਕ ਅਫੀਸਰ ਨੂੰ ਕਨਵਿੰਸ ਕਰਨਾ ਕੈਨੇਡਾ ਇਮੀਗ੍ਰੇਸ਼ਨ ਦੇ ਨੂੰ ਵੀ ਫੰਡਸ ਮੈਟਰ ਕਰਦਾ ਫਾਈਲ ਦੇ ਵਿੱਚ ਫੰਡਸ ਦੇ ਨਾਲ ਨਾਲ ਤੁਹਾਨੂੰ ਕੌਣ ਅਸਿਸਟ ਕਰ ਰਿਹਾ ਹੈ ਵੀ ਬਹੁਤ ਮੈਟਰ ਕਰਦਾ ਸਰ ਜੈਨਕੀ ਆਪਾਂ ਇਹ ਕਹਿੰਦੇ ਵਿਦਾਊਟ ਅਗਰ ਤੁਸੀਂ ਫਾਈਨੈਂਸ਼ੀਅਲੀ ਵੀਕ ਹੋ ਹਾਂਜੀ ਜੇ ਆਪਾਂ ਰਿਫਿਊਜ਼ਲ ਦੀ ਗੱਲ ਕਰੀਏ ਕੈਨੇਡਾ ਦੀ ਬਿਲਕੁਲ ਤਾਂ ਉਹ ਇਸ ਰੀਜ਼ਨ ਕਰਕੇ ਹਾਂਜੀ ਸਰ ਬਿਲਕੁਲ ਅਗਰ ਤੁਹਾਡੇ ਕੋਲ ਤੁਹਾਡੇ ਟ੍ਰਾਂਸਕ੍ਰਿਪਟਸ ਔਰ ਬਾਕੀ ਪ੍ਰੋਪਰ ਨੌਲੇਜ ਨਹੀਂ ਹੈ ਜੀ ਤੁਸੀਂ ਉਹਨਾਂ ਨੂੰ ਕੁਝ ਪ੍ਰੋਪਰਲੀ ਸ਼ੋ ਹੀ ਨਹੀਂ ਕਰ ਸਕਦੇ ਸਟੈਪ ਵਾਈਜ਼ ਤਾਂ ਰਿਫਿਊਜ਼ਲ ਦੇ ਮੇਜਰ ਰੀਜ਼ਨ ਇਹੀ ਰਹਿੰਦੇ ਨੇ ਜੀ ਤੇ ਸਬਮਿਸ਼ਨ ਦੀ ਗੱਲ ਕਰੀਏ ਤੇ ਤੁਸੀਂ ਆਪਣੀ ਫਾਈਲ ਕਦੋਂ ਸਬਮਿਟ ਕੀਤੀ ਸੀਗੀ ਮੈਮ ਆਪਣਾ ਵਰਕ ਪਰ ਸਰ ਮੇਰੀ ਫਾਈਲ ਸਬਮਿਟ ਹੋਈ ਸੀ 10th ਆਫ ਸੈਪਟੈਂਬਰ 2022 ਨੂੰ ਜੀ ਤੇ ਮੇਰਾ ਵੀਜ਼ਾ ਜੋ ਉਥੋਂ ਅਪਰੂਵ ਹੋ ਕੇ ਆਇਆ ਉਹ ਆ ਹੈਗਾ 27th ਆਫ ਅਕਤੂਬਰ 2022 ਜੀ ਯਾਨੀ ਕਿ ਡੇਢ ਕੇ ਮਹੀਨਾ ਹੀ ਲੱਗਾ ਹਾਂਜੀ ਸਰ ਠੀਕ ਹੈ ਮੈਮ ਤੇ ਇਹ ਤਾਂ ਹੋ ਗਿਆ ਤੁਹਾਡੇ ਵੀਜ਼ਾ ਨੂੰ ਲੈ ਕੇ ਤੁਹਾਡੀ ਪ੍ਰੋਫਾਈਲ ਵੀ ਆਪਾਂ ਡਿਸਕਸ ਕਰ ਚੁੱਕੇ ਆ ऑडियंस ਨਾਲ ਤਾਂ ਆਈ ਥਿੰਕ ਇਹ ਜਿਹੜੇ ਬਹੁਤ ਸਟੂਡੈਂਟਸ ਹੋਣਗੇ ਜਾਂ ਜਿਨ੍ਹਾਂ ਦੀ ਸਟੱਡੀ ਗੈਪ ਲਾ ਲਓ 10 ਤੋਂ 12 ਸਾਲ ਦਾ ਜਾਂ ਫਿਰ ਕਹਿ ਲਓ ਵੀ ਮੈਰਿਜ ਨੂੰ 5-7 ਸਾਲ ਹੋ ਚੁੱਕੇ ਨੇ ਜਾਂ ਸਾਲ ਹੋ ਚੁੱਕੇ ਨੇ ਤੁਹਾਡੀ ਵੀਡੀਓ ਦਾ ਆਈ ਥਿੰਕ ਉਹ ਜ਼ਰੂਰ ਕਨਵਿੰਸ ਹੋਣਗੇ ਵੀ ਅਸੀਂ ਟਰਾਈ ਕਰੀਏ ਤੇ ਫਾਈਨਲੀ ਆਪਾਂ ਗੱਲ ਕਰਾਂਗੇ ਜਿਸ ਤਰ੍ਹਾਂ ਸ਼ਮਮ ਵਰਕ ਐਕਸਪੀਰੀਅੰਸ ਦੇ ਰਿਗਾਰਡਿੰਗ ਵੀ ਤੁਹਾਡਾ ਰਾਈਟ ਲਿੰਕਸ ਦੇ ਨਾਲ ਕਿਵੇਂ ਦਾ ਐਕਸਪੀਰੀਅੰਸ ਰਿਹਾ ਸਰ ਐਕਚੁਅਲੀ ਬੇਸਿਕਲੀ ਰਾਈਟ ਲਿੰਕ ਇਮੀਗ੍ਰੇਸ਼ਨ ਇਜ਼ ਰਾਈਟ ਨਾਓ ਫੈਮਲੀ ਫਾਰ ਮੀ ਕਿਉਂਕਿ ਇਹਨਾਂ ਤੁਹਾਡੇ ਥਰੂ ਹੀ ਸਾਡੇ ਫੈਮਲੀ ਦੇ ਵਿੱਚੋਂ ਵੀ ਫਰੈਂਡਸ ਦੇ ਵਿੱਚੋਂ ਵੀ ਕਾਫੀ ਲੋਕ ਜੋ ਹੈ ਆਪਣੀ ਆਪਣੀ ਡੈਸਟੀਨੇਸ਼ਨਸ ਤੇ ਪਹੁੰਚ ਚੁੱਕੇ ਆ ਤਾਂ ਮੈਂ ਸਭ ਨੂੰ ਇਹੀ ਚੀਜ਼ ਬੋਲੂਗੀ ਕਿ ਐਟ ਲੀਸਟ ਅਪਰੋਚ ਅ ਗੁੱਡ ਕੰਸਲਟੈਂਟ ਜੋ ਤੁਹਾਨੂੰ ਪ੍ਰੋਪਰਲੀ ਹਰ ਚੀਜ਼ ਸਟੈਪ ਬਾਈ ਸਟੈਪ ਡਿਸਕ੍ਰਾਈਬ ਕਰ ਸਕੇ ਜੀ ਤੇ ਅਲੱਗ ਕੀ ਲੱਗਿਆ ਤੁਹਾਨੂੰ ਮਤਲਬ ਕੰਮ ਕਰਨ ਦਾ ਤਰੀਕਾ ਜਿਵੇਂ ਕੰਪੈਰੀਜ਼ਨ ਟੂ ਅਦਰ ਕੰਸਲਟੈਂਟ ਕੀ ਇਹ ਚੀਜ਼ ਅਲੱਗ ਲੱਗਿਆ ਸਰੀਕ ਤਬ ਪਹਿਲੀ ਚੀਜ਼ ਇਹ ਤੁਹਾਨੂੰ ਹਰ ਚੀਜ਼ ਸਟੈਪ ਬਾਈ ਸਟੈਪ ਸਮਝਾਈ ਜਾਂਦੀ ਹੈ ਦੂਸਰਾ ਕੀ ਹੈ ਪੋਰਟਲ ਦੇ ਉੱਤੇ ਹਰ ਚੀਜ਼ ਅਪਲੋਡ ਹੁੰਦੀ ਰਹਿੰਦੀ ਹੈ ਤਾਂ ਤੁਹਾਨੂੰ ਕੋਈ ਟਰਾਂਸਪੇਰੈਂਸੀ ਹੈ ਤੁਸੀਂ ਈਜ਼ੀਲੀ ਅਪਰੋਚ ਕਰ ਸਕਦੇ ਹੋ ਚੀਜ਼ਾਂ ਨੂੰ ਕਿ ਕੀ ਕੀ ਚੀਜ਼ ਮੈਂ ਕਰ ਚੁੱਕਿਆ ਜੈਨਕੀ ਆਪਾਂ ਗੱਲ ਆ ਜੀ ਇਹ ਪੋਰਟਲ ਤੋਂ ਆਨਲਾਈਨ ਕਿਉਂਕਿ ਇਹ ਪੰਜ ਚੀਜ਼ ਨੂੰ ਥੋੜਾ ਜਿਆਦਾ ਡਿਸਕ੍ਰਾਈਬ ਕਰਾਂਗੇ ਐਕਚੁਅਲ ਚ ਆਨਲਾਈਨ ਪੋਰਟਲ ਹੈ ਕੀ ਹੈ ਮਤਲਬ ਫੋਨ ਸਾਰੇ ਹੱਥਾਂ 'ਚ ਹੁੰਦੇ ਨੇ ਸਮਾਰਟ ਵਰਕ ਦਾ ਜ਼ਮਾਨਾ ਸਾਰੇ ਦੇ ਹੱਥ 'ਚ ਫੋਨ ਹੈ ਤਾਂ ਹੁਣ ਜੇ ਆਪਾਂ ਗਏ ਵੀ ਜਿਹੜੇ ਬੱਚੇ ਆਊਟ ਆਫ ਪੰਜਾਬ ਯਾ ਦਿੱਲੀ ਗੁਰਗਾਉਂ ਦੀ ਆਪਾਂ ਗੱਲ ਕਰੀਏ ਜਿਹੜੇ ਵਿਜ਼ਿਟ ਨਹੀਂ ਕਰ ਸਕਦੇ ਤਾਂ ਇਹ ਪੋਰਟਲ ਨੂੰ ਥੋੜੀ ਥੋੜਾ ਡਿਸਕ੍ਰਾਈਬ ਕਰੋਗੇ ਵੀ ਕੀ ਕੀ ਬੈਨੀਫਿਟਸ ਨੇ ਸਰ ਐਕਚੁਅਲੀ ਰਾਈਟ ਲਿੰਕ ਦਾ ਪੋਰਟਲ ਹੈ ਆਲਰੇਡੀ ਆਪਣਾ ਖੁਦ ਦਾ ਤਾਂ ਉਹਨੂੰ ਜੋ ਵੀ ਤੁਹਾਡੇ ਜੋ ਵੀ ਚੀਜ਼ਾਂ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ ਕਿਉਂਕਿ ਇਹ WhatsApp ਦੇ ਉੱਤੇ ਵੀ 24/7 ਅਵੇਲੇਬਲ ਹੈ ਅਗਰ ਤੁਹਾਡੇ ਕੋਲ ਨੰਬਰਸ ਹੈ ਆਨਲਾਈਨ ਨੰਬਰਸ ਅਵੇਲੇਬਲ ਹੈਗੇ ਤੁਸੀਂ ਡਾਇਰੈਕਟ ਵੀ ਕਾਲ ਕਰ ਸਕਦੇ ਹੋ ਬਹੁਤ ਅੱਛੀ ਤਰ੍ਹਾਂ ਤੁਹਾਨੂੰ ਹਰ ਚੀਜ਼ ਦੱਸੀ ਜਾਂਦੀ ਹੈ ਔਰ ਬੇਸਿਕਲੀ ਪਰਸਨਲ ਮੀਟਿੰਗਸ ਤਾਂ ਮੇਬੋਰ ਬੈਨੀਫੀਸ਼ੀਅਲ ਹੈ ਤੇ ਨਹੀਂ ਕਿ ਤੁਸੀਂ ਉਹਨਾਂ ਸਟੂਡੈਂਟ ਨੂੰ ਕੀ ਸੁਜੈਸਟ ਕਰੋਗੇ ਜਿਹੜੇ ਹਜੇ ਇਹੀ ਸੋਚ ਰਹੇ ਨੇ ਕਿ ਬਸ ਸਾਡੀ ਏਜ 35 ਸਾਲ 36 ਸਾਲ ਜਾਂ 40 ਸਾਲ ਹੋ ਚੁੱਕੀ ਐ ਬੇ ਅਸੀਂ ਤਾਂ ਜਾਣਾ ਹੀ ਪੀਆਰ ਤੇ ਐ ਕਿ ਉਹਨਾਂ ਨੂੰ ਟਰਾਈ ਕਰਨਾ ਚਾਹੀਦਾ ਵੀ ਪੀਆਰ ਨੂੰ ਤੁਹਾਨੂੰ ਪਤਾ ਵੀ ਪ੍ਰੋਸੈਸ ਲੰਬੇ ਨੇ ਡੇਡ ਡੇ 2-2 ਸਾਲ ਵੀ ਲੱਗਦੇ ਨੇ ਕਿ ਉਹ ਮੂਵ ਹੋਣ ਸਟੱਡੀ ਵੀਜ਼ਾ ਲਈ ਸਰ ਮੈਂ ਇਹ ਕਹੂੰਗੀ ਕਿ ਸਟੱਡੀ ਵੀਜ਼ਾ ਵਾਸਤੇ ਹੀ ਮੂਵ ਔਨ ਕਿਉਂਕਿ ਵੈਸੇ ਹੀ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਹੈ ਪੀਆਰ ਵਾਸਤੇ ਕਿਉਂਕਿ ਐਕਸਪ੍ਰੈਸ ਐਂਟਰੀ ਇੰਨੀ ਜ਼ਿਆਦਾ ਔਨ ਕਨਵੀਨੀਅੰਟ ਨਹੀਂ ਹੋ ਪਾਰੀ ਤਾਂ ਇਟਸ ਗੁੱਡ ਕਿ ਤੁਸੀਂ ਸਟੱਡੀ ਵਾਲ ਜਾਂ ਵਰਕ ਪਰਮਿਟ ਵਾਲ ਜ਼ਿਆਦਾ ਅਗੇ ਮੂਵ ਔਨ ਕਰੋ ਜੀ ਯਾਨੀ ਤੁਹਾਡੀ ਸਲਾਹੀ ਰਹੇਗੀ ਸਾਰਿਆਂ ਨੂੰ ਬਿਲਕੁਲ ਸਰ ਬਿਲਕੁਲ ਪ੍ਰੋਸੈਸ ਸ਼ਾਰਟ ਟਰਮ ਦੇ ਵਿੱਚ ਕਿਉਂਕਿ ਡਸਨਟ ਮੈਟਰ ਕਿ ਤੁਹਾਡੀ ਏਜ ਕੀ ਹੈ ਅਗਰ ਤੁਹਾਡੇ ਕੋਲ ਇੱਕ ਕੰਸਲਟੈਂਟ ਚੰਗਾ ਹੈ ਤੁਸੀਂ ਕਿਸੇ ਵੀ ਏਜ ਦੇ ਵਿੱਚ ਆਪਣੀ ਡੈਸਟੀਨੇਸ਼ਨ ਤੇ ਈਜ਼ੀਲੀ ਪਹੁੰਚ ਸਕਦੇ ਹੋ ਚਲੋ ਥੈਂਕ ਯੂ ਸੋ ਮਚ ਚਿਤਨਾਸ਼ੀ ਸ਼ਰਮਾ ਤੁਹਾਡਾ ਇਨਾ ਵਧੀਆ ਰਿਵਿਊ ਦੇਣ ਲਈ ਸਾਡੀ ਟੀਮ ਨੂੰ ਤੁਸੀਂ ਰਿਵਿਊ ਦਵੋਗੇ ਤਾਂ ਅਸੀਂ ਥੋੜਾ ਜਿਹਾ ਹੋਰ ਕੁਆਲਿਟੀ ਵਧਾ ਸਕਦੇ ਹਾਂ ਥੈਂਕ ਯੂ ਸੋ ਮਚ ਸਰ ਚਿਤਨਾਸ਼ੀ ਸ਼ਰਮਾ ਦੱਸ ਚੁੱਕੇ ਨੇ ਆਪਣੀ ਪ੍ਰੋਫਾਈਲ ਬਾਰੇ ਤੇ ਆਪਣੇ ਹਸਬੈਂਡ ਦੀ ਪ੍ਰੋਫਾਈਲ ਬਾਰੇ ਇਹਨਾਂ ਦਾ ਕੀ ਕੀ ਐਕਸਪੀਰੀਅੰਸ ਹੈ ਰਾਈਟ ਲਿੰਕਸ ਦੇ ਨਾਲ ਤੇ ਰਾਈਟ ਲਿੰਕਸ ਦਾ ਕਿਵੇਂ ਦਾ ਇਹਨਾਂ ਨੂੰ ਗਾਈਡ ਕੀਤਾ ਗਿਆ ਸਾਰਾ ਦੱਸ ਚੁੱਕੇ ਨੇ ਜੇਕਰ ਤੁਸੀਂ ਵੀ ਪਲਾਨ ਕਰ ਰਹੇ ਹੋ ਕੈਨੇਡਾ ਸਟੱਡੀ ਵੀਜ਼ਾ ਅਪਲਾਈ ਕਰਨ ਲਈ ਜਾਂ ਓਪਨ ਵਰਕ ਪਰਮਿਟ ਅਪਲਾਈ ਕਰਨ ਲਈ ਜਾਂ ਇਸ ਤੋਂ ਲਾਵਾ ਸੁਪਰ ਵੀਜ਼ਾ ਵਿਸਟਰ ਵੀਜ਼ਾ ਕਿਸੇ ਵੀ ਤਰ੍ਹਾਂ ਦੀ ਕੈਟਾਗਰੀ ਲਈ ਅਗਰ ਤੁਸੀਂ ਇੰਟਰਸਟਿਡ ਹੋ ਤਾਂ ਤੁਸੀਂ ਸਾਡੀ ਆਫੀਸ਼ੀਅਲੀ ਵੈਬਸਾਈਟ www.rightlinkimmigrationprivatelimited ਤੇ ਵੀ ਜਾ ਕੇ ਆਪਣਾ ਫਾਰਮ ਫਿਲ ਕਰ ਸਕਦੇ ਹੋ ਜਾਂ ਫਿਰ ਸਕਰੀਨ ਤੇ ਚੱਲੇ ਨੰਬਰ ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾਓ ਤੇ ਸਾਡੇ ਐਕਸਪਰਟ ਨੂੰ ਮਿਲ ਸਕਦੇ ਹੋ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਜੀ ਜੇਕਰ ਤੁਸੀਂ ਵੀ ਜਾਣਾ ਚਾਹੁੰਦੇ ਹੋ ਕੈਨੇਡਾ ਸਟੱਡੀ ਵੀਜ਼ਾ ਤੇ ਤੁਸੀਂ ਪਲੱਸ 2 ਕੀਤੀ ਹੋਈ ਆ ਜਾਂ ਤੁਸੀਂ ਗ੍ਰੈਜੂਏਟ ਹੋ ਤੇ ਤੁਹਾਡਾ ਗ੍ਰੈਜੂਏਸ਼ਨ ਤੋਂ ਬਾਅਦ 10 ਤੋਂ 15 ਸਾਲ ਦਾ ਗੈਪ ਹੈ ਤੇ ਓਵਰঅল 6.5 ਨੋਟ ਲੈਸ 6 ਬੈਂਡ ਨੇ ਤਾਂ ਤੁਸੀਂ ਹੁਣ ਵੀ ਅਪਲਾਈ ਕਰ ਸਕਦੇ ਹੋ ਮਈ 2023 ਤੇ ਸਤੰਬਰ 2023 ਲਈ ਤੇ ਪੜ ਸਕਦੇ ਹੋ ਕੈਨੇਡਾ ਦੀ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਹੋਰ ਵਧੇਰੀ ਜਾਣਕਾਰੀ ਲਈ ਸਕਰੀਨ ਦੇ ਚੱਲ ਰਹੇ ਨੰਬਰ ਤੇ ਕਾਲ ਕਰੋ ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਨੂੰ ਬੁੱਕ ਕਰਕੇ ਸਾਡੇ ਐਕਸਪਰਟ ਟੀਮ ਨੂੰ ਮਿਲ ਸਕਦੇ ਹੋ ਸ਼ਸ਼ੀ ਕਾਲ